ਤੁਸੀਂ ਕਹਾਣੀਆਂ ਵਿੱਚ ਸਵਰਗ ਲੋਕ ਅਤੇ ਪਾਤਾਲ ਲੋਕ ਬਾਰੇ ਜ਼ਰੂਰ ਸੁਣਿਆ ਹੋਵੇਗਾ। ਕਿਹਾ ਜਾਂਦਾ ਕਿ ਪਾਤਾਲ ਲੋਕ ਜ਼ਮੀਨ ਦੇ ਹੇਠਾਂ ਵਸਿਆ ਹੈ। ਹਾਲਾਂਕਿ ਇਹ ਸਿਰਫ ਕਿੱਸੇ ਕਹਾਣੀਆਂ ਵਿੱਚ ਹੀ ਸੁਣਨ ਅਤੇ ਵੇਖਣ ਨੂੰ ਮਿਲਦੇ ਨੇ, ਪਰ ਇੱਕ ਅਜਿਹਾ ਪਿੰਡ ਹੈ ਜੋ ਜ਼ਮੀਨ ਤੋਂ ਹਜ਼ਾਰਾਂ ਫੁੱਟ ਹੇਠਾਂ ਵਸਿਆ ਹੈ। ਇਹ ਪਿੰਡ ਅਮਰੀਕਾ ਦੇ ਗ੍ਰੈਂਡ ਕੈਨੀਅਨ ਦੇ ਹਵਾਸੂ ਕੈਨੀਅਨ ਵਿੱਚ ਹੈ। ਇਸ ਪਿੰਡ ਦਾ ਨਾਂ ਸੁਪਾਈ ਹੈ। ਇਹ ਪਿੰਡ ਹਵਾਸੂ ਕੈਨੀਅਨ ਨੇੜੇ ਇੱਕ ਡੂੰਘੀ ਖੱਡ ਵਿੱਚ ਵਸਿਆ ਹੋਇਆ ਹੈ। ਇਸ ਪਿੰਡ ਨੂੰ ਪੂਰੀ ਦੁਨੀਆ 'ਚ ਇੰਟਰਨੈੱਟ 'ਤੇ ਕਾਫੀ ਸਰਚ ਕੀਤਾ ਜਾਂਦਾ ਹੈ। ਐਡਵੈਂਚਰ ਦੇ ਸ਼ੌਕੀਨ ਲੋਕ ਹਰ ਸਾਲ ਇੱਥੇ ਘੁੰਮਣ ਲਈ ਆਉਂਦੇ ਨੇ। ਹਰ ਸਾਲ ਦੁਨੀਆ ਭਰ 'ਚੋਂ ਲਗਭਗ 5.5 ਲੋਕ ਇਸ ਨੂੰ ਦੇਖਣ ਲਈ ਐਰੀਜ਼ੋਨਾ ਆਉਂਦੇ ਨੇ। ਦੱਸਿਆ ਜਾਂਦਾ ਹੈ ਕਿ ਇਸ ਪਿੰਡ ਦੀ ਕੁੱਲ ਆਬਾਦੀ 208 ਹੈ। ਪਿੰਡ ਦੇ ਵਸਨੀਕ ਅਮਰੀਕਾ ਦੇ ਮੂਲ ਵਾਸੀ ਰੈੱਡ ਇੰਡੀਅਨਸ ਹਨ। ਦੱਸਦੇ ਕਿ ਆਧੁਨਿਕ ਯੁੱਗ ਵਿੱਚ ਵੀ ਇਹ ਪਿੰਡ ਦੁਨੀਆ ਨਾਲੋਂ ਕੱਟਿਆ ਹੋਇਆ ਹੈ, ਜਿਸ ਦਾ ਕਾਰਨ ਇਸਦਾ ਜ਼ਮੀਨ ਅੰਦਰ ਵਸਿਆ ਹੋਣਾ ਹੈ। ਇਸ ਪਿੰਡ ਵਿੱਚ ਆਵਾਜਾਈ ਦੇ ਸਾਧਨ ਵੀ ਸੀਮਤ ਹਨ। ਪਿੰਡ ਤੱਕ ਪਹੁੰਚਣ ਲਈ ਔਖਾ ਪੈਦਲ ਸਫ਼ਰ ਕਰਨਾ ਪੈਂਦਾ ਹੈ। ਲੋਕ ਇੱਥੇ ਪਹੁੰਚਣ ਲਈ ਖੱਚਰਾਂ ਦੀ ਵਰਤੋਂ ਵੀ ਕਰਦੇ ਨੇ। ਕੁਝ ਲੋਕ ਇੱਥੇ ਪਹੁੰਚਣ ਲਈ ਹਵਾਈ ਜਹਾਜ਼ ਦੀ ਵਰਤੋਂ ਕਰਦੇ ਨੇ, ਜੋ ਪਿੰਡ ਨੂੰ ਨਜ਼ਦੀਕੀ ਹਵਾਈ ਅੱਡੇ ਨਾਲ ਜੋੜਦਾ ਹੈ। ਇੰਨਾ ਹੀ ਨਹੀਂ, ਇਸ ਪਿੰਡ ਵਿੱਚ ਅੱਜ ਵੀ ਚਿੱਠੀਆਂ ਲਿਆਉਣ ਲਿਜਾਣ ਦਾ ਕੰਮ ਖੱਚਰਾਂ ਰਾਹੀਂ ਕੀਤਾ ਜਾਂਦਾ ਹੈ।